ਬਿਸਮਿਲ੍ਲਾ ਰਹਿਮਾਨ ਰਹੀਮ। ਕਣਕ ਦਾ ਰੇਟ ਇਸ ਵਜ੍ਹਾ ਤੋਂ ਘੱਟ ਹੈ ਜੋ ਅੱਟੇ ਦੀ ਕਟਿੰਗ ਨਹੀਂ ਥੀਂਦੀ ਪਈ। ਕਟਿੰਗ ਅਗਰ ਥੀ ਵਣੇ ਇਹਨਾਂ ਦੀ ਅੱਟੇ ਦੀ ਕਟਿੰਗ ਸ਼ੁਰੂ ਹੋ ਵਣੇ ਉਹਦੀ ਵਜ੍ਹਾ ਤੋਂ, ਯਾਨੀ ਕਿ ਹੋ ਸਕਦਾ ਬਈ ਰੇਟ 3500 ਤੋਂ ਜ਼ਿਆਦਾ ਹੋ ਵਣੇ। ਅੱਗੇ ਕੋਈ ਦੋ ਦਿਹਾੜੇ ਮੌਸਮ ਸਾਫ਼ ਰਹੀ ਹੈ, ਮੌਸਮ ਸਾਫ਼ ਦੀ ਵਜ੍ਹਾ ਤੋਂ ਕੋਈ ਦੋ ਚਾਰ ਦਿਹਾੜੇ ਯਾਨੀ ਕਿ ਸਪਲਾਈ ਕੋਈ ਥੋੜ੍ਹੀ ਬਹੁਤ ਹੋਈ ਹੈ, ਜ਼ਿਆਦਾ ਨਹੀਂ ਥਈ। ਜਿਹੜੀ ਗੱਲੋਂ ਯਾਨੀ ਕਿ ਬਕਾਇਆ ਕੋਈ ਬਈ ਆਉਂਦੀ ਪਈ ਕਣਕ ਹੈ ਹੀ ਨਹੀਂ, ਕਿਉਂਕਿ ਜ਼ਮੀਨਦਾਰ ਹੁਣ ਨਹੀਂ ਆਉਂਦਾ ਪਿਆ, ਰੇਟ ਕੋਈ ਰੇਟ ਦੀ ਵਜ੍ਹਾ ਤੋਂ ਨਹੀਂ ਆਉਂਦਾ। ਕਣਕ ਨੂੰ ਅੱਟਾ ਇਸ ਵਜ੍ਹਾ ਤੋਂ ਜ਼ਿਆਦਾ ਯਾਨੀ ਕਿ ਜਲਦੀ ਲੱਗ ਗਿਆ ਜੀ ਸਾਰੇ ਤਕਰੀਬਨ ਜ਼ਮੀਨਦਾਰ, ਕੋਸ਼ਿਸ਼ ਨਹੀਂ ਕੀਤੀ ਇਸ ਨੂੰ ਇੱਕ ਵਾਰ ਯਾਨੀ ਕਿ ਬਾਹਰ ਕੱਢ ਕੇ ਧੁੱਪ ਲਵਾ ਗਿਨਣ ਜਾਂ ਇਸ ਨੂੰ ਕੋਈ ਸੁਕਾ ਗਿਨਣ, ਕਿਉਂਕਿ ਜਲਦੀ ਜਲਦੀ 'ਚ ਸਾਰਾ ਬੰਦਾ ਅੰਦਰ ਗੋਦਾਮ ਸਟਾਕ ਕੀਤੀ ਨੇ, ਬਸ ਰੱਖ ਦਿੱਤੀ ਨੇ ਉੱਧਰ ਦੁਬਾਰਾ, ਯਾਨੀ ਕਿ ਕੋਈ ਪੁੱਛਿਆ ਰੇਟ ਹੈ ਕੋਈ ਨਾ, ਰੇਟ ਦੀ ਵਜ੍ਹਾ ਤੋਂ ਯਾਨੀ ਕਿ ਕਿਸਾਨ ਦਾ ਦਿਲ ਤਰੁੱਟ ਗਿਆ, ਉਹ ਨਹੀਂ ਬਲਾ ਉਹਨਾਂ ਕਣਕ ਵਾਲੇ ਪਾਸੇ ਨਹੀਂ ਡਿੱਠਾ। ਸ਼ਾਇਦ ਜੀ ਕੋਈ ਫਾਇਦਾ ਦੇ ਵਣੇ, ਜਿਹੜੇ ਹਾਲਾਤ ਨੇ ਫਿਲਹਾਲ ਤਾਂ ਤਕਰੀਬਨ ਮੂੰਗੀ ਦੇ ਬਿਹਤਰ ਨੇ ਅਤੇ ਕਣਕ ਦੇ ਹਾਲਾਤ ਉਹ ਢਿੱਲੇ ਵੱਧ। ਕਣਕ ਦਾ ਜੀ ਤਕਰੀਬਨ ਲੋਡਿੰਗ 'ਚ ਤਕਰੀਬਨ 6200 ਰੁਪਏ ਯਾਨੀ ਕਿ 6000 ਅਤੇ ਓਪਨ ਬੋਲੀ 'ਚ ਤਕਰੀਬਨ ਕੋਈ 6500, 6600, 6200, 6300 ਇਹ ਹੈ।